ਸਰੋਤ ਹੈ ਸਾਰੀ ਦੁਨੀਆ ਵਿੱਚ ਫੈਲੇ ਹੋਏ ਪਰ ਸਾਡੀ ਪੱਕੀ ਸਾਡੀ ਹਮੇਸ਼ਾ ਪੰਜਾਬ ਨਾਲ ਰਹੀ ਹੈ ਜਿਹੜਾ ਕਿ ਪੁੱਛਿਆ ਇਸ ਜਦੋਂ ਸਾਡਾ ਵਿਆਹ ਹੋਇਆ ਠੀਕ ਸਾਡੀ ਉਮਰ ਵਿੱਚ
ਵੱਡੀ ਨਹੀਂ ਸੀ ਲੇਕਿਨ ਸਾਡੀਆਂ ਸ਼ਖਸੀਅਤਾਂ ਆਪਣੇ ਸੱਚੇ ਕਰ ਚੁੱਕੀਆਂ ਸਨ ਔਰ ਮੈਂ ਇਸਤਰੀ ਦੀ ਸਥਿਤੀ ਦਾ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਇਸ ਗੱਲ ਦਾ ਪਤਾ ਹੁੰਦਾ ਇਸ ਗੱਲ ਦਾ ਮੈਨੂੰ ਇਸ ਗੱਲ ਦੀ ਬੜੇ ਮਾਣ ਹੈ ਕਿ ਮੈਂ ਇਸਤਰੀ ਦੀ ਸਥਿਤੀ ਵਾਸਤੇ ਹਮੇਸ਼ਾ ਆਪਣੇ ਵਿੱਚ ਲਿਖਿਆ ਹੈ ਔਰ ਪ੍ਰਯੋਗ ਜੀ ਵੀ ਇਸ ਸਥਿਤੀ ਨੂੰ ਆਪਣੀਆਂ ਕਵਿਤਾਵਾਂ ਵਿੱਚ ਉਜਾਗਰ ਕਰਦੇ ਹਨ ਤੇ ਮੈਂ ਉਹਨਾਂ ਦਾ ਕੋਈ ਇਸ ਤਰ੍ਹਾਂ ਖਾਸ ਸਿੱਧਾ ਅਸਰ ਕਬੂਲ ਨਹੀਂ ਕੀਤਾ ਲੇਕਿਨ ਮੇਰੇ ਆਪਣੇ ਅੰਦਰੋਂ ਇਹ ਚੀਜ਼ ਉੱਠੀ ਹੈ ਕਿ ਇਸਤਰੀ ਨੇ ਅਜੇ ਤੱਕ ਤਰੱਕੀ ਨਹੀਂ ਹੋ ਸਕਦੀ ਜਦ ਤੱਕ ਪੱਛਮ ਵੱਡੇ ਦੇਸ਼ਾਂ ਵਾਂਗ ਹਿੰਦੁਸਤਾਨ ਵਿੱਚ ਵੀ ਇਸਤਰੀ ਦਾ ਉਹ ਰੋਲ ਨਹੀਂ ਮਿਲ ਸਕਦਾ ਜਿਹੜਾ ਕਿ ਉਹਨਾਂ ਨੂੰ ਵਿੱਚ ਮਿਲਿਆ ਹੈ ਉੱਥੋਂ ਤੱਕ ਦੇਸ਼ ਦੀ ਪੂਰੀ ਤਰ੍ਹਾਂ ਉੱਨਤੀ ਨਹੀਂ ਹੋ ਸਕਦੀ ਇਸ ਤੋਂ ਇਲਾਵਾ ਸਾਡੇ ਦੋਨਾਂ ਦੇ ਇਕੱਠੇ ਰਹਿਣ ਨਾਲ ਇਹ ਜ਼ਰੂਰ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਇੱਕੋ ਵਕਤ ਲਿਖਣ ਨੂੰ ਜਲਦੀ ਪਿੱਛੋਂ ਚੀਜ਼ਾਂ ਸਾਂਝੀਆਂ ਕਰ ਸਕਦੇ ਜਿਹਦੇ ਨਾਲ ਬੜਾ ਸਮੇਂ ਪੈਂਦਾ ਕਿਉਂਕਿ ਅਸੀਂ 2 ਕਰੋੜ ਸ਼ਖਸੀਅਤਾਂ ਫੋਨ ਕਰਕੇ 2 ਕਰੋੜ ਸਾਹਿਤਕਾਰ ਫੋਨ ਕਰਕੇ ਕਈ ਗੱਲਾਂ ਜਿਹੜੀਆਂ ਨੇ ਉਹ ਫਾਰਮੇਟਿਵ ਸਟੇਟ ਮਤਲਬ ਜਿਸ ਤਰੀਕੇ ਅਸੀਂ ਲਿਖਦੇ ਹੁੰਦੇ ਜਿਸਦੇ ਨਾਲ ਉਹ ਲਿਖਦੇ ਹੋਣਾ ਤੇ ਨੋਟ ਕਰਨ ਦੀ ਸਲਾਹ ਮੈਂ ਉਸਦੇ ਵਿੱਚ ਸਲਾਹ ਲੈ ਲੈਣਾ ਤੇ ਮੈਨੂੰ ਪਤਾ ਹੈ ਕਿ ਸਲਾਹ 1 ਕਰੋੜ ਆ ਗਈ ਹੈ ਇਸ ਤੇ ਸਿੱਧੇ ਤੌਰ ਤੇ ਤੁਹਾਡੀ ਰਾਈਟਿੰਗ ਤੇ ਇਹਨੂੰ ਪੁਖਤਾ ਕਰਨ ਵਾਸਤੇ ਇਹਨੂੰ ਇੰਜੋਏ ਕਰਨ ਵਾਸਤੇ ਬੜਾ ਫਰਕ ਪੈਂਦਾ ਹੈ ਇਸੇ ਗੱਲ ਨੂੰ ਰਘਨੋਜ ਜੀ ਕਹਿ ਰਹੀ ਕਵਿਤਾ ਲਿਖਦੇ ਲਿਖਦੇ ਤੇ ਕਹਿੰਦੇ ਇਹ ਗੱਲ ਠੀਕ ਬਣਦੀ ਹੈ ਨਹੀਂ ਬਣਦੀ ਤੇ ਮੈਂ ਉਹਨਾਂ ਨੂੰ ਆਪਣੀ ਰਾਏ ਦਿੰਦਾ ਤੇ 2 ਸ਼ਖਸੀਅਤਾਂ ਇਕੱਠੀਆਂ ਹੋਣ ਕਰਕੇ ਸਾਹਿਤਕ ਸ਼ਖਸੀਅਤਾਂ ਇਕੱਠੀਆਂ ਹੋਣ ਕਰਕੇ ਇਹ ਜ਼ਰੂਰ ਹੈ ਕਿ ਸਾਡਾ ਇੱਕ ਦੂਜੇ ਦਾ ਅਸਰ ਕਾਫੀ ਹੁੰਦਾ ਹੈ ਭਾਵੇਂ ਉਹ ਕਿਸੇ ਤਰ੍ਹਾਂ ਸਾਫ਼ ਪ੍ਰਤੱਖ ਨਜ਼ਰ ਨਾ ਆਵੇ ਲੇਕਿਨ ਅਸਿੱਧੇ ਤੌਰ ਤੇ ਅਸਰ ਜ਼ਰੂਰ ਹੋਵੇ ਮੈਂ ਤੁਹਾਡੇ ਨਾਲ ਵੈਸੇ ਤੇ ਜੀਵਨ ਦੇ ਬਹੁਤ ਸਾਰੇ ਪਾਠ ਬਹੁਤ ਸਾਰੇ ਦੇਸ਼ਾਂ ਨੂੰ ਕਵਰ ਕਰਦੇ ਨੇ ਦੇਸ਼ਾਂ ਨਾਲ ਸੰਬੰਧ ਰੱਖਦੇ ਨੇ ਬੜੇ ਕਿਸਮ ਕਿਸਮ ਦੇ ਉਹਨਾਂ ਦੇ ਵਿੱਚ ਨਾਇਕ ਨੇ ਪਰ ਇੱਕ ਤੁਹਾਡੀ ਬਹੁਤ ਜਾਣੀ ਪਛਾਣੀ ਕਿਤਾਬ ਸਿਆਸੀ ਚ ਨਾ ਕੀਜੀਏ ਜਿਹੜਾ ਕਿ ਇਸ ਤਰ੍ਹਾਂ ਦਾ ਆਚਾਰ ਨਾਲ ਉਹਨਾਂ ਦਾ ਸੰਗ੍ਰਹਿ ਇਹਦੇ ਬਾਰੇ ਤੁਸੀਂ ਕੁਛ ਖਾਸ ਕਹਿਣਾ ਚਾਹੋਗਾ ਇਹਦੇ ਬਾਰੇ ਜ਼ਰੂਰ ਕਹਿਣਾ ਚਾਹਾਂਗਾ ਇਸ ਕਰਕੇ ਕਿਉਂਕਿ ਪੁਸਤਕ ਮੈਨੂੰ ਬੜੀ ਪਿਆਰੀ ਹੈ ਦੂਜੀ ਇਸ ਪੁਸਤਕ ਬਾਰੇ ਮੈਂ ਬਹੁਤ ਮਿਹਨਤ ਕੀਤੀ ਹੈ ਇਹ 1708 ਜਦੋਂ ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਏ ਉਦੋਂ ਤੋਂ ਲੈ ਕੇ 1849 ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਇਹ 150 ਵਰ੍ਹੇ ਦਾ ਇਤਿਹਾਸ ਇਹਨੂੰ ਲਿਖਣ ਵਾਸਤੇ ਮੈਂ ਆਪਣੀ ਜਾਨ ਮੈਂ ਆਪਣਾ ਲਬੂ ਮੈਂ ਆਪਣੀ ਆਤਮਾ ਇਸ ਪੁਸਤਕ ਵਿੱਚ ਪਾਈ ਜੋ ਕੁਝ ਮੈਨੂੰ ਸਿੱਖੀ ਨੇ ਬਚਪਨ ਵਿੱਚ ਦਿੱਤਾ ਮੈਂ ਸਭੀ ਦੱਸਾਂ ਕਿ ਪੌਦਾ ਪਾਠ ਨੂੰ ਕਿਵੇਂ ਉਠਾਇਆ ਕਿਉਂਕਿ ਮੇਰੀ ਸ਼ਖਸੀਅਤ ਦੇ ਵਿੱਚ ਸਿੱਖੀ ਬਣਤਰ ਦਾ ਬੜਾ ਅਸਰ ਹੈ ਤੇ ਮੈਂ ਸੋਚਿਆ ਕਿ ਬਾਰਾ ਜ਼ਿਆਦਾ ਇਹੀ ਹੈ ਕਿ ਆਪਣੇ ਇਤਿਹਾਸ ਨਾਲ ਮੈਂ ਨਿਆਂ ਕਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸਿੱਖ ਇਤਿਹਾਸ ਨਾਲ ਨਿਆਂ ਨਹੀਂ ਹੋਇਆ ਕਿਉਂਕਿ ਜ਼ਿਆਦਾ ਨੂੰ ਅੰਗਰੇਜ਼ਾਂ ਨੇ ਲਿਖਿਆ ਹੈ ਜਾਂ ਮੁਸਲਮਾਨਾਂ ਨੇ ਲਿਖਿਆ ਹੈ ਜਾਂ ਹਿੰਦੂਆਂ ਨੇ ਲਿਖਿਆ ਹੈ ਸਿੱਖ ਬਦਕਿਸਮਤੀ ਨਾਲ ਅੱਛੇ ਇਤਿਹਾਸ ਕਰ ਨਹੀਂ ਬਣ ਸਕੇ ਔਰ ਅਸੀਂ ਆਪਣੇ ਇਤਿਹਾਸ ਨਾਲ ਨਿਆਂ ਨਹੀਂ ਕਰ ਸਕੇ ਸੋ ਮੈਂ ਇਹ ਸਮਾਂ ਚੁਣਿਆ ਇਹਦੇ ਵਿੱਚ ਕਿ ਸਿੱਖ ਦਾ ਸਿੱਖਾਂ ਦਾ ਵਿਕਾਸ ਹੋਇਆ ਔਰ ਸਿੱਖਾਂ ਨੂੰ ਪੋਲੀਟੀਕਲ ਪਾਵਰ ਨਾਲ ਸਿੱਖਤਾ ਫਿਰ ਮਿਲੀ ਸੋ ਇਹ ਦੇ ਮੈਂ ਬਹੁਤ ਮਿਹਨਤ ਕੀਤੀ ਸਾਰੀਆਂ ਜਿਹੜੀਆਂ ਪੁਸਤਕਾਂ ਪੰਜਾਬੀ ਚ ਮਿਲ ਸਕਦੀਆਂ ਸਨ ਉਹ ਪੜ੍ਹੀਆਂ ਇਸ ਤੋਂ ਇਲਾਵਾ ਮੈਂ ਉਹਨਾਂ ਦਿਨਾਂ ਵਿੱਚ ਪੈਰਿਸ ਹੁੰਦਾ ਸਾਂ ਔਰ ਪੈਰਿਸ ਦੇ ਵਿੱਚ ਜਾ ਕੇ ਉੱਥੋਂ ਮੈਂ ਛੁੱਟੀ ਲੈ ਕੇ ਆਪਣੀ ਨੌਕਰੀ ਤੋਂ ਮੈਂ 2 ਮਹੀਨੇ ਬ੍ਰਿਟਿਸ਼ ਮਿਊਜ਼ੀਅਮ ਵਿੱਚ ਓਰੀਜਨਲ ਸੋਰਸਿਸ ਜਿਹੜੇ ਸਨ ਉਹਨਾਂ ਨੇ ਦੇਖਿਆ ਉਹਨਾਂ ਤੋਂ ਚੀਜ਼ਾਂ ਪ੍ਰਾਪਤ ਕੀਤੀਆਂ ਸੋ ਇਹ ਇਤਿਹਾਸ ਨਾਵਲ ਜਿਹੜਾ ਹੈ ਇਹ ਇੱਕ ਸਿੱਖਾਂ ਦੇ ਵਿਕਾਸ ਨੂੰ ਦਿਖਾਉਂਦਾ ਹੈ ਔਰ ਫਿਰ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ ਕੀਤਾ ਇਸ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾਵਲ ਦੇ ਵਿੱਚ ਮੈਂ ਸਿਰਫ ਸਿੱਖਾਂ ਦਾ ਇਤਿਹਾਸ ਨਹੀਂ ਦੇਖਿਆ ਪੂਰੇ ਪੰਜਾਬ ਦਾ ਇਤਿਹਾਸ ਦੇਖਿਆ ਔਰ ਪੂਰੇ ਪੰਜਾਬ ਦਾ ਇਤਿਹਾਸ ਬਿਲਕੁਲ ਸੈਕੂਲਰ ਤਰੀਕੇ ਤੋਂ ਲਿਖਿਆ ਗਿਆ ਔਰ ਇਸ ਨੂੰ ਹਿੰਦੁਸਤਾਨ ਤੇ ਦੁਨੀਆਂ ਦੀ ਪ੍ਰਸ਼ਟ ਭੂਮੀ ਦੇ ਸਾਹਮਣੇ ਲਿਖਿਆ ਗਿਆ ਕਿਉਂਕਿ ਉਸ ਵੇਲੇ ਤੱਕ ਜਦੋਂ ਤੱਕ ਮੈਂ ਨਾਵਲ ਲਿਖੇ ਮੈਨੂੰ ਦੂਰ ਧਰਮਨ ਦਾ ਕਾਫੀ ਮੌਕੇ ਮਿਲ ਚੁੱਕੇ ਸੀ ਤੇ ਇਸ ਕਰਕੇ ਮੇਰੀ ਜਿਹੜਾ ਮੇਰਾ ਮਨ ਸੀ ਜਿਹੜੀ ਮੇਰੀ ਗੁਰਬੀ ਸੀ ਉਹ ਬੜੀ ਵਿਸ਼ਾਲ ਹੋ ਚੁੱਕੀ ਸੀ ਉਸ ਪੈਕਿੰਗ ਵਿੱਚ ਅਸਰ ਪਿਆ ਇਸ ਕਿਤਾਬ ਨੂੰ ਬੜਾ ਮਾਣ ਮਿਲਿਆ ਹੈ ਕਿ ਮੇਰੇ ਮਹਿਮਾਨੇ ਲਈ ਇਹ ਬੜੀ ਮਾਣ ਦੀ ਗੱਲ ਹੈ ਕਿ ਸਾਰੀ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਪੰਜਾਬੀ ਨਾਲ ਪਿਆਰ ਰੱਖਣ ਵਾਲਾ ਸਿੱਖ ਹੈ ਹਿੰਦੂ ਹੈ ਮੁਸਲਮਾਨ ਹੈ ਉਸਨੇ ਇਹ ਕਿਤਾਬ ਪੜ੍ਹੀ ਹੈ ਔਰ ਇਸ ਤੋਂ ਪ੍ਰਭਾਵਿਤ ਹੋਇਆ ਕਿ ਜਦੋਂ ਵੀ ਮੇਰੇ ਜਾਂਦਾ ਨਾ ਮੈਨੂੰ ਕੋਈ ਨਾ ਕੋਈ ਪਾਠਕ ਐਸਾ ਜ਼ਰੂਰ ਮਿਲ ਜਾਂਦਾ ਹੈ ਜਿਹਨੇ ਸਿਰ ਬੀਜੇ ਕਰਨ ਬੀਜੇ ਵੀ ਸੱਚੀ ਅਗਰ ਪੜ੍ਹੀ
ਸਾਲਾਂ ਵੱਲੋਂ ਜਿਵੇਂ ਉਹਨਾਂ ਦੇ ਨਾਲ ਤਕਰੀਬਨ ਅੱਠ ਟੂ ਡੇਟ ਜਿਹੜੇ ਸਾਲ ਲਿਖੇ ਗਏ ਨੇ ਉੱਥੋਂ ਦਾ ਉਹਨੂੰ ਵਿਆਹੁਣ ਦੀ ਕੋਸ਼ਿਸ਼ ਕੀਤੀ ਹੈ। ਉੱਨੀ ਸੌ ਤਰਾਸੀ ਤੱਕ ਸੀਗੇ ਜੋ ਉੱਥੇ ਤਾਂ ਰਹੀ ਆ, ਥੋੜ੍ਹੀ ਜਿਹੀ ਹੋਰ ਵਧਾਓ ਇੱਕ ਦੋ ਵਾਰ ਨੂੰ ਹੋਰ ਇਹਦੇ ਨਾਲ ਆ ਗਿਆ ਤਾਂ ਕਿ ਮੇਰਾ ਸਾਰਾ ਖਾਣਾ ਅੱਛਾ ਹੈ ਉਹ ਸਭ ਘੱਟੋ ਘੱਟ ਜਿਸ ਤਰੀਕੇ ਨਾਲ ਤੁਸੀਂ ਲਿਆ ਸਕਦੇ ਜਾਂ ਹੋਰ ਵੀ ਮੁਕੰਮਲ ਨਹੀਂ ਬਣ ਗਿਆ। ਤੁਸੀਂ ਬੜਾ ਸੋਹਣਾ ਸੁਝਾਅ ਦਿੰਦੇ ਹੋ। ਮੈਂ ਸਮਝਿਆ ਹੈ ਕਿ ਇਹ ਸੁਝਾਅ ਤੁਹਾਡੇ ਤੋਂ ਨਹੀਂ ਸਾਰੇ ਕੈਨੇਡੀਅਨ ਨੇ ਬਣਵਾਇਆ ਹੈ ਤੇ ਮੈਨੂੰ ਬੜੀ ਖੁਸ਼ੀ ਹੈ। ਮੇਰੇ ਮਨ ਵਿੱਚ ਕਹਿਣ ਦਾ ਵਿਚਾਰ ਹੈ ਤਰਲੋਚਨ ਜੀ ਕਹਿਣਾ ਚਾਹਾਂਗਾ ਕਿ ਇਸੇ ਤਰ੍ਹਾਂ ਸੌ ਨਾਵਲਾਂ ਦੀ ਹੋਰ ਲੜੀ 1800 ਤੋਂ ਲੈ ਕੇ ਅੱਜ ਤੱਕ ਤੱਕ ਪੂਰੀ ਕਰਨ ਸਾਡੇ ਇਸਨੂੰ ਅਗਰ ਮਿਲਿਆ ਅਗਰ ਇਹਨਾਂ ਚੌ ਨਾਵਲਾਂ ਦੀ ਲੜੀ ਜਿਸ ਤਰ੍ਹਾਂ ਪਹਿਲੇ ਚਾਰ ਨਾਵਲ ਛਾਪੇ ਹਨ ਉਸ ਤਰ੍ਹਾਂ ਛਾਪਣ ਦਾ ਵਿਚਾਰ ਰੱਖਦਾ ਹਾਂ। ਅਗਰ ਵਕਤ ਮਿਲਿਆ ਅਗਰ ਜ਼ਿੰਦਗੀ ਦੀ ਜਾਵਰੀ ਕੀਤੀ ਤਾਂ ਇਹ ਜ਼ਰੂਰ ਬਚ ਜ਼ਰੂਰੀ ਜਿਹੜਾ ਪ੍ਰੋਜੈਕਟ ਹੈ ਬਹੁਤ ਵੱਡਾ ਪ੍ਰੋਜੈਕਟ ਹੈ ਇਹਨੂੰ ਨੇੜੇ ਚਾਹ ਅਸੀਂ ਤੁਹਾਡੇ ਖਾਸ ਤੌਰ ਤੇ ਪੰਜਾਬੀ ਬੋਲੀ ਦਾ ਵਿੱਚ ਮੈਂ ਸਨਮਾਨ ਦਾ ਤਾਂ ਵੈਸੇ ਤਾਂ ਪੰਜਾਬ ਚ ਵੀ ਬੜੀ ਚੰਗੀ ਸਮੱਸਿਆ ਬਾਕੀ ਤੁਸੀਂ ਸਾਰੀ ਦੁਨੀਆ ਚ ਹੋਰ ਕਿੰਨੀਆਂ ਸਾਰੀਆਂ ਜ਼ਮਾਨਾਂ ਦੇ ਵਿਕਾਸ ਬਾਰੇ ਜਾਣਦੇ ਹੋ ਤੇ ਅਸੀਂ ਇਸਨੂੰ ਵਧਾਉਣ ਲਈ ਇਸਨੂੰ ਸਾਫ਼ ਦਵਾਉਣ ਲਈ ਤੇ ਇਸਨੂੰ ਬਾਕੀ ਦੁਨੀਆਂ ਦੀਆਂ ਦੁਨੀਆਂ ਦੇ ਪੰਜਵੇਂ ਛੇਵੇਂ ਥਾਂ ਲਿਆਉਣ ਲਈ ਜਿਹੜੀ ਚੀਜ਼ ਅਸਲ ਥਾਂ ਹੈ ਕਿਹੜੀ ਚੀਜ਼ ਉਦੋਂ ਕਰ ਸਕਦੇ ਹਾਂ ਤੁਹਾਡੇ ਕੀ ਸੁਝਾਅ ਨੇ ਇਸ ਤੋਂ ਬਾਅਦ। ਮੈਂ ਤਾਂ ਇਹ ਮਹਿਸੂਸ ਕਰਦਾ ਹਾਂ ਕਿ ਪੰਜਾਬੀ ਇਸ ਵੇਲੇ ਵਿਸ਼ਵ ਜ਼ਬਾਨ ਬਣ ਚੁੱਕੀ ਹਿੰਦੁਸਤਾਨ ਵਿੱਚ, ਪਾਕਿਸਤਾਨ ਵਿੱਚ, ਤੁਹਾਡੇ ਆਪਣੇ ਦੇਸ਼ ਵਿੱਚ, ਹਿੰਦੁਸਤਾਨ ਵਿੱਚ, ਬਾਕੀ ਸਾਊਥ ਈਸਟ ਏਸ਼ੀਆ ਦੇ ਕਈ ਦੇਸ਼ਾਂ ਵਿੱਚ, ਅਰਬ ਦੇ ਕਈ ਦੇਸ਼ਾਂ ਵਿੱਚ ਇਹ ਜ਼ਬਾਨ ਬੋਲੀ ਜਾਂਦੀ ਹੈ ਔਰ ਸਿਰਫ ਬੋਲੀ ਨਹੀਂ ਜਾਂਦੀ, ਹਰ ਥਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਇਹਦੇ ਵਿੱਚ ਪਰਚਾ ਕੱਢਿਆ ਜਾਂਦਾ ਹੈ। ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਹਰ ਥਾਂ ਦੇ ਜਿਹੜੇ ਪਰਚੇ ਨਿਕਲੇ ਨੇ ਇਹ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਵਿੱਚ ਪਹੁੰਚ ਗਏ। ਮੈਂ ਚਾਹੁੰਦਾ ਕਿ ਪੰਜਾਬ ਵਿੱਚ ਇੱਕ ਵੱਡੀ ਸੈਂਟਰਲ ਲਾਇਬ੍ਰੇਰੀ ਹੋਵੇ ਜਿੱਥੇ ਦੁਨੀਆਂ ਵਿੱਚ ਛਪਿਆ ਹਰ ਪਰਚਾ, ਹਰ ਕਿਤਾਬ ਉੱਥੇ ਪਹੁੰਚੇ। ਇਹ ਨਹੀਂ ਕਿ ਅਸੀਂ ਕਿਸੇ ਦੇਣਾ ਚਾਹਾਂਗੇ ਜਾਂ ਅਸੀਂ ਤੁਹਾਨੂੰ ਕੁਛ ਕਹਿਣਾ ਚਾਹਾਂਗੇ, ਲੇਕਿਨ ਅਸੀਂ ਚਾਹਾਂਗੇ ਕਿ ਇੱਕ ਸੈਂਟਰਲ ਲਾਇਬ੍ਰੇਰੀ ਇਸ ਤਰ੍ਹਾਂ ਬਣੀ ਜਾਵੇ ਜਿਹਦੇ ਵਿੱਚ ਹਰ ਪ੍ਰਕਾਰ ਦੀ ਚੀਜ਼ ਸਾਹਮਣੇ ਆਵੇ। ਦੂਜਾ, ਆਪਸ ਵਿੱਚ ਰੱਖੇ ਰਕਾਵਟ ਬਹੁਤ ਹੋਣੀ ਚਾਹੀਦੀ, ਆਪਸ ਵਿੱਚ ਰਿਸ਼ਤਾ ਬਹੁਤ ਹੋਣਾ ਚਾਹੀਦਾ ਬਾਕੀ ਦੇਸ਼ਾਂ ਦਾ ਤੇ ਪੰਜਾਬ, ਜਿਸ ਤਰ੍ਹਾਂ ਕਿ ਪੰਜਾਬ ਦੀ ਜਿਹੜੀ ਬੋਲੀ ਹੈ ਜਿਸ ਤਰ੍ਹਾਂ ਉੱਥੇ ਗੇਅਰ ਕਰਦੀ ਹੈ, ਤੁਹਾਡੀ ਦੇਸ਼ ਵਿੱਚ ਵੀ ਉਹ ਕੀ ਤਰ੍ਹਾਂ ਦੇ ਗੇਅਰ ਹੈ, ਲੇਕਿਨ ਫਿਰ ਵੀ ਸਾਰੀ ਦੁਨੀਆਂ ਦੇ ਵਿੱਚ ਇਹਦੀ ਇੱਕ ਕਿਸਮ ਦਾ ਮਾਹੌਲ, ਇੱਕ ਕਿਸਮ ਦਾ ਰਿਸ਼ਤਾ ਬਣਿਆ ਰਹਿਣਾ ਚਾਹੀਦਾ। ਮੈਂ ਇਸ ਬਾਰੇ ਬਹੁਤ ਅਫਸਰ ਹਾਂ, ਕਈ ਆਦਮੀ ਕਹਿੰਦੇ ਹਨ ਕਿ ਨਹੀਂ ਗੇਅਰ ਨਹੀਂ ਹੋ ਸਕਦਾ, ਮੈਂ ਅਫਸਰ ਹਾਂ, ਮੈਨੂੰ ਪੱਕਾ ਵਿਸ਼ਵਾਸ ਹੈ ਕਿ ਇਹ ਪੰਜਾਬੀ ਬੋਲੀ ਜਿਸ ਤਰ੍ਹਾਂ ਕਿ ਸਾਰੇ ਸੰਸਾਰ ਵਿੱਚ ਫੈਲੀ ਹੈ, ਇਸੇ ਤਰ੍ਹਾਂ ਦੇ ਕੋਈ ਖੁੱਲਤ ਹੁੰਦੀ ਰਹੀ ਤੇ ਇਹ ਦੁਨੀਆਂ ਦੀ ਮਹਾਨ ਬੋਲੀ ਵਿੱਚ ਇੱਕ ਬੋਲੀ ਹੋਈ। ਸਾਨੂੰ ਕੀ ਉਦੋਂ ਕਰਨੇ ਚਾਹੀਦੇ ਆ, ਉਹੀ ਜੀ ਰਾਸੀ ਹਰ ਸਾਲ ਪੈਦਾ ਕਰਨ ਲਈ ਤੇ ਜਿਹੜੀ ਸਾਨੂੰ ਇਨਸਾਫ ਨਹੀਂ ਆ ਦਵਾ। ਅਸੀਂ ਚਾਹੁੰਦੇ ਹਾਂ ਇਹ ਕਿ ਸਾਡੇ ਇੱਕ ਅੰਦੋਲਨ ਜਿਹੜਾ ਹੈ ਇਹ ਚੱਲਦਾ ਰਹੇ, ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਅੰਦੋਲਨ ਚੱਲਦਾ ਰਹੇ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਗੁਆਂਢੀ ਜਿਹੜੇ ਸੂਬੇ ਹਨ ਜਾਂ ਗੁਆਂਢੀ ਜਿਹੜੇ ਦੇਸ਼ ਹਨ ਉਹ ਆਪਣੇ ਆਪ ਮਹਿਸੂਸ ਕਰਨਗੇ ਕਿ ਕਿਸੇ ਤਰ੍ਹਾਂ ਵੀ ਪੰਜਾਬੀ ਨੂੰ ਉਸਦੇ ਨਾਲ ਪੰਜਾਬੀ ਉੱਠੀ ਨਹੀਂ ਹੈ। ਇਹ ਪੰਜਾਬੀ ਜ਼ੁਬਾਨ, ਪੰਜਾਬੀ ਸਭਿਅਤਾ, ਪੰਜਾਬੀ ਸੱਭਿਆਚਾਰ ਇਸ ਵਿੱਚ ਪੰਜਾਬ ਦਾ ਹੀ ਹਿੱਸਾ ਨਹੀਂ, ਇਸ ਵਿੱਚ ਪੰਜਾਬ ਦੀ ਚੀਜ਼ ਨਹੀਂ, ਇਹ ਤਾਂ ਹਰਿਆਣੇ ਦੀ ਬੋਲੀ ਹੈ, ਇਹ ਤਾਂ ਪੱਛਮੀ ਪੰਜਾਬ ਜਿਹੜਾ ਪਾਕਿਸਤਾਨ ਵਿੱਚ ਹੈ ਉਹਦੀ ਵੀ ਹੋਣੀ ਹੈ, ਇਹ ਦਿੱਲੀ ਦੀ ਵੀ ਹੋਣੀ ਹੈ, ਇਹ ਯੂਪੀ ਦੇ ਤਰਾਏ ਦੇ ਇਲਾਕੇ ਦੀ ਵੀ ਹੋਣੀ ਹੈ, ਇਹ ਕੋਈ ਵੱਖਰੀ ਚੀਜ਼ ਨਹੀਂ। ਅੱਜ ਕੱਲ੍ਹ ਤੁਸੀਂ ਹੈਰਾਨ ਹੋਵੋਗੇ, ਮੈਂ ਨੂੰ ਅਫਗਾਨਿਸਤਾਨ ਵਿੱਚ 5.5 ਸਾਲ ਮਿਲ ਕੇ ਰਿਹਾਸੀ ਰਹਿਣ ਦਾ ਮੌਕਾ ਮਿਲਿਆ, ਉੱਥੇ ਵੀ ਕੋਈ ਪੰਜਾਬੀ ਦਾ ਅਸਰ, ਪੰਜਾਬੀ ਸਾਹਿਤ ਦਾ ਅਸਰ ਬਹੁਤ ਜ਼ਿਆਦਾ, ਇਹ ਹੈਰਾਨੀ ਦੀ ਗੱਲ ਲੱਗਦੀ ਹੈ, ਲੇਕਿਨ ਹੈਰਾਨ ਕਰਨ ਵਾਲੀ ਗੱਲ ਨਹੀਂ, ਕਿਉਂਕਿ ਉੱਥੇ ਵੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸਿੱਖ ਰਾਜ ਦੇ ਸਮੇਂ ਨਸ਼ਾਵਰ ਤੱਕ, ਪਿਸ਼ਾਵਰ ਤੋਂ ਅੱਗੇ ਕਾਫ਼ੀ ਦੂਰ ਤੱਕ ਦੋ ਘਰ ਤੱਕ ਸਿੱਖਾਂ ਦਾ ਰਾਜ ਵੀ ਰਿਹਾ, ਔਰ ਉਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਸਿਪਾਹੀ ਕਾਬਲ ਅਗਜ਼ਨੀ ਤੇ ਕੰਧਾਰ ਤੱਕ ਕੀਤੇ, ਔਰ ਜਿਸ ਆਦਮੀ ਨੇ ਸਭ ਤੋਂ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਝੰਡਾ ਕਾਬਲ ਵਿੱਚ ਦਾਖਲ ਕੀਤਾ ਉਹ ਇੱਕ ਮੁਸਲਮਾਨ ਹਰਦਾਸ ਸੀ, ਤੋ ਉੱਥੇ ਤੱਕ ਪੰਜਾਬੀ ਸਭਿਅਤਾ ਪਹੁੰਚੀ ਹੋਈ। ਸੋ ਇਹ ਗੱਲ ਜਿਹੜੀ ਹੈ ਕਿ ਪੰਜਾਬੀ ਜ਼ੁਬਾਨ ਨੂੰ ਕੁਛ ਆਦਮੀ ਜਿਹੜੇ ਨੇ
ਪੂਰੇ ਜੋ ਪਿਆਰਾ ਇਹਦੇ ਨਾਲ ਵਧਿਆ ਸ਼ੁਰੂ ਕਰ ਰਹੇ ਹਨ। ਮੈਨੂੰ ਪੱਕਾ ਵਿਸ਼ਵਾਸ ਹੈ ਕਿ ਹੁਣ ਨਹੀਂ 10 ਸਾਲਾਂ ਨੂੰ 20 ਸਾਲਾਂ ਨੂੰ 25 ਸਾਲਾਂ ਨੂੰ ਉਹ ਆਪੇ ਆਪ ਮਹਿਸੂਸ ਕਰਨਗੇ ਕਿ ਅਸੀਂ ਇੱਕ ਸਭਿਅਤਾ ਨੂੰ ਪੱਕੇ ਜਾ ਰਹੇ ਹਾਂ, ਕਿਉਂਕਿ ਪੰਜਾਬੀ ਸੁਭਾਅ ਦਾ ਨੂੰ ਪੱਕੇ ਜਾ ਰਹੇ ਹਨ, ਪੰਜਾਬੀ ਕਲਚਰ, ਪੰਜਾਬੀ ਸਭਿਆਚਾਰ, ਪੰਜਾਬੀ ਸੰਸਕ੍ਰਿਤੀ ਦਾ ਵੀ ਪੱਕੇ ਜਾ ਰਹੇ ਹਨ। ਮੈਨੂੰ ਆਸ਼ਾ ਹੈ ਕਿ ਸਾਰੇ ਲੋਕ ਮਹਿਸੂਸ ਕਰਨਗੇ ਔਰ ਪੰਜਾਬੀ ਮਿਲ ਕੇ ਪਹਿਲੇ ਨੰਬਰ ਦਸ ਪੰਜਾਬ ਸਿੰਘ ਔਰ ਜਿਸ ਤਰ੍ਹਾਂ ਬਾਕੀ ਦੇਸ਼ਾਂ ਵਿੱਚ ਹੋ ਰਹੇ ਹਨ, ਇਹ ਇੱਕ ਵਿਸ਼ਾ ਜਵਾਬ ਬਣਨ ਦੇ ਯੋਗ ਹੈ। ਇਹਦੇ ਵਿੱਚ ਉਹਨਾਂ ਸਤਾ ਹੈ, ਇਹਦੇ ਵਿੱਚ ਉਹਦੇ ਸ਼ਬਦ ਹੈ, ਇਹ ਬੜੀ ਜਲਦੀ ਬੜੇ ਅੱਛੇ ਤਰੀਕੇ ਨਾਲ ਦੁਨੀਆਂ ਦੇ ਕਈ ਜਵਾਨਾਂ ਦੇ ਹੋਰ ਸ਼ਬਦ ਬਿਆਨ ਕਰ ਸਕਦੀ ਹੈ। ਅਤੇ ਬਸ ਪਹਿਲਾਂ ਤੁਸੀਂ ਜਾਣਦੇ ਹੋ ਅੰਗਰੇਜ਼ੀ ਦੇ ਵਿੱਚ ਸਾਡੇ ਕੋਲ ਕਈ ਸੌ ਸ਼ਬਦ ਅਸੀਂ ਅੰਗਰੇਜ਼ੀ ਦੇ ਆਪਣੇ ਵਿੱਚ ਇਹਨਾਂ ਹਾਲਾਤਾਂ ਵਿੱਚ ਮੈਂ ਬੜਾ ਆਸ਼ਾ ਕਿ ਪੰਜਾਬੀ ਦਾ ਬੜੀ ਬੜੀ ਸੁਰੱਖਿਆ ਤੁਸੀਂ ਸਾਡੀ ਬੜੀ ਚੰਗੀ ਬਿਲਕੁਲ ਜੋ ਕਿ ਹਫ਼ਤਾ ਸਾਡੇ ਨਾਲ ਵੀ ਕਰ ਸਕਦੇ ਹੋ ਬੱਚੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਇਸ ਦੇਸ਼ ਵਿੱਚ ਮਹਿਮਾਨ ਹਾਂ, ਇਸ ਦੇਸ਼ ਵਿੱਚ ਮੈਂ ਪਹਿਲੇ ਵੀ ਆ ਚੁੱਕਾ ਹਾਂ, ਇਸ ਦੇਸ਼ ਨੂੰ ਮੈਂ ਪਿਆਰ ਕਰਦਾ ਹਾਂ ਕਿਉਂਕਿ ਇੱਥੇ ਮੇਰੇ ਦੇਸ਼ ਵਾਸੀ ਆ ਗਏ, ਇਸ ਦੇਸ਼ ਨੂੰ ਪਿਆਰ ਕਰਦਾ ਹਾਂ ਕਿਉਂਕਿ ਦੇਸ਼ੀ ਮੇਰੀ ਸਭਿਅਤਾ, ਮੇਰੇ ਭਾਰਤ ਦੀ ਸਭਿਅਤਾ, ਮੇਰੇ ਪੰਜਾਬ ਦੀ ਸਭਿਅਤਾ, ਇੱਥੇ ਦੇ ਲੋਕਾਂ ਦੀ ਆਈ